आप देख रहे हैं वॉइस ऑफ इंडिया खबर दिल्ली से। आज तिलक नगर विधानसभा से विधायक जर्नैल सिंह ने अपने क्षेत्र तिलक बिहार के समीप बने शहीद स्मृति उद्यान में नए जिम का उद्घाटन किया। वहीं पार्क में मौजूद लोगों से विचार विमर्श करते हुए जहां दिल्ली के पिछले 25 साल में अलग अलग पार्टियों द्वारा दिल्ली में किए विकास कार्यों के बारे में पूछा। आइए देखते हैं हमारी खास रिपोर्ट। सारे इलाका निवासियों मेरे वालों सत श्री अकाल, राम राम, वाहेगुरु जी का खालसा, वाहेगुरु जी की फतेह। बहुत बहुत धन्यवाद। अज जिनी बार भी इस पार्क चाहिए हमेशा एक सपना सच होने वर्गा लगता है। मैं याद है उस दिन जो अपने इतों स्कूल जाते थे मूँह तो रुमाल रख लेंगे भाई बदबू आ रही है। तो जो पहली बार सरकार बनी, पहली बार MLA बने तो शुरुआत इतों की। अज इस पार्क च यह सब थोड़े सारिया के होने जो रौनक ने वो देख के हर बार दिल खुश होता। तो अज क्योंकि एक परिवार वाल खड़े हाँ तो मैं चाह रहा कि आपस गलबात करिए, माइक खाली साढ़े हाथ ना रहे थोड़े हाथ भी आए भाई सारे अपना एक समान हाँ। तो 1993 च हुए 1993 पता जी। हाँ जी भैन जी 1993 दिल्ली पहली बार MLA के चुनाव हुए तो आम आदमी पार्टी होंगी नहीं सी। तो दिल्ली वाले ने पहली बार BJP को मौका दिता भी BJP से कांग्रेस लड़ी तो BJP को मौका दिता जी तुम सरकार बनाओ। 5 साल के अंदर 3 मुख्यमंत्री बने। ਤਿਆਰ ਹੈ ਕਿਸੇ ਨੂੰ ਕੌਣ ਕੌਣ ਬਣਿਆ ਜੀ? ਮਦਨ ਲਾਲ ਖੁਰਾਨਾ ਜੀ ਬਣੇ, ਸਾਹਿਬ ਸਿੰਘ ਵਰਮਾ ਜੀ ਬਣੇ, ਸੁਸ਼ਮਾ ਸਵਰਾਜ ਜੀ ਬਣੇ, 3 ਮੁੱਖ ਮੰਤਰੀ ਬਣੇ। ਹੁਣ 5 ਸਾਲ ਦੀ ਸਰਕਾਰ BJP ਨੇ ਜੋ ਜੋ ਚੰਗੇ ਕੰਮ ਕੀਤੇ, ਕਿਸੇ ਨੇ ਬੁਰਾਈ ਨਹੀਂ ਕਰਨੀ, ਮੈਂ ਪਹਿਲਾਂ ਰਿਕੁਐਸਟ ਕਰ ਰਿਹਾ, ਜੋ ਜੋ ਚੰਗੇ ਕੰਮ 1993 ਤੋਂ 1998 ਤੱਕ ਤੁਹਾਡੀ ਦਿੱਲੀ ਸਰਕਾਰ ਨੇ ਕੀਤੇ ਤਦ ਦੀ ਉਹ ਤੁਸੀਂ ਗਿਣਵਾਣੇ ਨੇ, ਹੁਣ ਦੱਸੋ ਜੀ, ਹੁਣ ਤੁਹਾਡੀ ਵਾਰੀ ਹੈ। ਜਿਹਨੇ ਬੋਲਣਾ ਹੋਵੇ ਹੱਥ ਚੱਕ ਲਵੇ, ਬੇਸ਼ੱਕ ਉਹਦਾ ਹੀ ਬਿਨਾਂ ਮਾਈਕ ਦੇ ਵੀ ਆਵਾਜ਼ ਆ ਜਾਏਗੀ, ਉਹ ਬੋਲ ਸਕਦਾ। BJP ਦੀ ਗਵਰਨਮੈਂਟ ਸੀ ਤਾਂ ਕਿਹੜੇ ਅੱਛੇ ਕੰਮ ਹੋਏ ਨੇ। ਠੀਕ ਹੈ ਜੀ, ਆਪਾਂ ਅੱਗੇ ਵੱਧਦੇ ਹਾਂ। 1998 ਚ ਉਹ ਦੁਬਾਰਾ ਆ ਰਿਹਾ, ਉਹ 1998 ਚ ਫਿਰ ਦੁਬਾਰਾ ਇਲੈਕਸ਼ਨ ਹੁੰਦੇ ਨੇ, ਅਗਲੀ ਵਾਰੀ ਲੋਕੀ ਕਾਂਗਰਸ ਨੂੰ ਚੁਣਦੇ ਨੇ। 1998 ਤੋਂ 2003, 2003 ਤੋਂ 2013, 2008 ਅਤੇ 8 ਤੋਂ 13, ਲਗਾਤਾਰ 15 ਸਾਲ ਕਾਂਗਰਸ ਦੀ ਸਰਕਾਰ ਰਹਿੰਦੀ ਹੈ ਦਿੱਲੀ ਵਿੱਚ। ਅਤੇ ਇਹ 15 ਸਾਲ ਦੀ ਕਾਂਗਰਸ ਦੀ ਸਰਕਾਰ ਨੇ ਜੋ ਜੋ ਚੰਗੇ ਕੰਮ ਤੁਹਾਡੇ ਵਾਸਤੇ ਕੀਤੇ ਉਹ ਦੱਸ ਦਿਓ। CNG ਇੱਕ ਕੰਮ ਦੱਸਦਾ ਜੀ, CNG ਵਾਲੀ ਗੱਡੀ ਆਈ ਹੈ, ਬਿਲਕੁਲ ਦੱਸ ਸਕਦੇ ਹੋ, ਚੰਗੇ ਕੰਮ ਦੱਸ ਸਕਦੇ ਹੋ। ਇੱਥੇ 2 ਕੰਮ ਹੋ ਗਏ ਜੀ, ਡਰਾਈਵਰ ਬਣਾਏ, ਕਾਮਨਵੈਲਥ ਗੇਮਸ ਹੋ ਗਿਆ ਜੀ, ਹਾਂਜੀ ਨਹੀਂ ਮੈਂ ਕਹਿ ਰਿਹਾ ਮਾੜੇ ਕੰਮ ਦੱਸਣੇ ਨਹੀਂ, ਸਿਰਫ ਚੰਗੇ ਕੰਮ ਦੱਸਣੇ ਨੇ, ਮਾੜੇ ਤੇ ਫਿਰ ਲੈਣ ਲੱਗ ਜਾਏਗੀ। ਮੈਟਰੋ, ਫਲਾਈਓਵਰ, ਕਾਮਨਵੈਲਥ ਗੇਮਸ, ਮੈਟਰੋ ਸ਼ੁਰੂ ਕਰਦੀ ਸੀ, ਚਲਾਣੀ ਸ਼ੁਰੂ ਕਰਦੀ ਸੀ। ਹਾਂਜੀ ਹਾਂਜੀ, 3 ਕੰਮ ਨੇ ਜੀ 15 ਸਾਲ ਦੇ ਅੰਦਰ, ਜਾਂ ਹੋਰ ਵੀ ਕੋਈ ਹੈ? ਹੋਰ ਵੀ ਕੋਈ ਹੈ ਜੀ 3 ਤੋਂ ਇਲਾਵਾ? ਫਿਰ ਇੱਕ ਵਾਰੀ ਹੱਥ ਚੱਕ ਕੇ ਕਹਿ ਦਿਓ, 3 ਹੀ ਕੰਮ ਹੋਏ 15 ਸਾਲ ਦੇ ਅੰਦਰ, 3 ਹੀ ਕੰਮ ਹੋਏ। ਅੱਛਾ ਹੁਣ ਕੀ ਹੁੰਦਾ, 2013 ਆ ਗਿਆ ਜੀ, 2013 'ਚ ਫਿਰ ਇਲੈਕਸ਼ਨ ਹੋਏ, ਪਰ ਤਦ ਤੱਕ ਨਾ ਦਿੱਲੀ ਵਾਲਿਆਂ ਨੇ ਆਪਣੀ ਇੱਕ ਪਾਰਟੀ ਬਣਾ ਲਈ ਸੀ, ਆਮ ਆਦਮੀ ਪਾਰਟੀ। ਪਹਿਲੀ ਵਾਰ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਨੂੰ 28 ਸੀਟਾਂ ਮਿਲਦੀਆਂ ਨੇ, ਪਰ ਲੋਕੀ ਨਾ ਇੱਕ ਬਦਲਾਅ ਵੇਖਦੇ ਨੇ ਕਿ ਯਾਰ ਤਾਂ ਸਾਡੇ ਵਰਗੇ ਬੰਦੇ ਹੀ ਨੇ, ਸਾਡੇ ਬਾਰੇ ਸੋਚਦੇ ਨੇ। ਅਤੇ ਇਹ ਝੂਠ ਨਹੀਂ ਬੋਲਦੇ, ਇਹਨਾਂ ਨੇ ਜੇ ਕਿਹਾ ਸੀ ਬਿਜਲੀ ਆਪ ਪਾਣੀ ਮਾਫ਼ ਕਰਾਂਗੇ ਤਾਂ ਇਹਨਾਂ ਨੇ ਕਰ ਦਿੱਤਾ, ਇਹਨਾਂ ਨੇ ਕਿਹਾ ਸੀ ਵੀ ਕਰਪਸ਼ਨ ਘਟਾਵਾਂਗੇ ਅਤੇ ਉਹ 49 ਦਿਨ ਦੀ ਸਰਕਾਰ ਦੇ ਅੰਦਰ ਪੁਲਿਸ ਨੇ, MCD ਨੇ, ਸਭ ਨੇ ਰਿਸ਼ਵਤ ਲੈਣਾ ਬੰਦ ਕਰਤੀ। ਗਲਤ ਨਹੀਂ ਕਹਿ ਰਹੇ ਜੀ? ਅਤੇ ਖੈਰ 2015 'ਚ ਫਿਰ ਇਲੈਕਸ਼ਨ ਹੁੰਦੇ ਨੇ, ਉਹ ਸਰਕਾਰ 49 ਦਿਨ ਚੱਲਦੀ ਹੈ। ਅਤੇ ਦਿੱਲੀ ਵਾਲੇ ਡੈਮੋਕ੍ਰੇਸੀ, ਲੋਕਤੰਤਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਦਿੰਦੇ ਨੇ, 70 ਵਿੱਚੋਂ 67 ਸੀਟਾਂ ਦਿੰਦੇ ਨੇ, ਇੰਨੀ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਦਿੰਦੇ ਨੇ। ਅਤੇ ਜਦੋਂ ਇਹ ਸਰਕਾਰ ਬਣਦੀ ਹੈ 2015 'ਚ, ਅਤੇ ਅੱਜ ਉਸ ਸਰਕਾਰ ਨੂੰ ਬਣੇ 4 ਸਾਲ ਅਤੇ 10 ਮਹੀਨੇ ਹੋ ਗਏ। ਹੁਣ 4 ਸਾਲ 10 ਮਹੀਨੇ ਵਿੱਚ ਆਮ ਆਦਮੀ ਪਾਰਟੀ ਦੀ, ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੇ ਜੋ ਜੋ ਕੰਮ, ਚੰਗੇ ਕੰਮ ਕੀਤੇ ਨੇ ਉਹ ਦੱਸ ਦਿਓ ਜੀ।
ਹਾਂਜੀ ਅਰਵਿੰਦ ਜੀ ਨੇ ਕੀ ਕੰਮ ਕੀਤੇ ਉਹ ਦੱਸੋ ਆਮ ਆਦਮੀ ਪਾਰਟੀ ਦੇ ਜਿਹੜੀ ਪਾਣੀ ਕੀ ਕਰਕੇ ਦੱਸੋ ਇੱਕ ਕਰਕੇ ਦੱਸੋ ਬਿਜਲੀ ਕਾਪੀ ਲਾ ਲਓ ਸ਼ੁਰੂ ਕਰੋ ਉਹ ਲਿਖ ਰਿਹਾ ਪਿੱਛੇ ਉਹ ਲੱਗੇ ਨਾ ਇੱਕ ਕੰਮ ਨਹੀਂ ਉੱਥੇ ਦੱਸ ਦਿਓ ਭੈਣ ਜੀ ਕਹਿ ਰਹੇ ਨੇ ਜੀ ਪਹਿਲਾਂ ਵਾਸਤੇ ਮਤਾਵਾਂ ਵਾਸਤੇ ਲੇਡੀਜ਼ ਵਾਸਤੇ ਬੱਸ ਚ ਕਿਰਾਏ ਫ੍ਰੀ ਹੋਗੇ ਜੀ ਅਸੀਂ ਯਾਤਰਾ ਜੀ ਕੇ ਲਈ ਬੱਸ ਕੇ ਦਾ ਫ੍ਰੀ ਯਾਤਰਾ ਕਰਦੀ ਹੈ ਕੀ ਕਰਦੀ ਆਟੋ ਦੀ ਪਾਸਿੰਗ ਫ੍ਰੀ ਕਰਦੀ ਮਾਰਸ਼ਲ ਲਗਾਤੇ ਹੈ ਗੱਡੀ ਬੱਸਾਂ ਵਿੱਚ ਮਾਰਸ਼ਲ ਲਾਤੇ ਹੈ 200 ਯੂਨਿਟ ਬਿਜਲੀ ਫ੍ਰੀ ਕਰਦੀ ਹੈ ਅੱਛਾ ਸੀਸੀਟੀਵੀ ਕੈਮਰੇ ਲਾਗੇ ਹੈ ਬਿਜਲੀ ਦੇ ਬਿੱਲ ਨਹੀਂ ਆਏ ਸਭ ਤੋਂ ਮੋਹਲਾ ਬਿਲਡਿੰਗ ਬਣਾ ਕੇ ਦੀ ਠੀਕ ਹੈ ਜੀ ਭਾਈ ਆ ਦੇਖੋ ਭਾਈ ਸਾਹਿਬ ਦਾ ਆਪਰੇਸ਼ਨ ਫ੍ਰੀ ਕਰਵਾਇਆ ਈਡਬਲਯੂ ਮੇਰਾ ਹਾਰਟ ਦਾ ਆਪਰੇਸ਼ਨ ਹੋਇਆ ਜੀ ਈਡਬਲਯੂਐਸ ਦੇ ਅੰਦਰ ਜਨਰਲ ਜੀ ਨੇ ਕਰਵਾਇਆ ਜਨਰਲ ਜੀ ਨੇ ਤੁਹਾਡੀ ਸਰਕਾਰ ਨੇ ਕਰਾਇਆ ਤੁਹਾਡੇ ਟੈਕਸ ਦੇ ਪੈਸੇ ਮੇਰਾ ਖੁਦ ਦਾ ਇੱਕ ਕਿਸੇ ਦਾ ਦੇਖਿਆ ਹੋਇਆ ਨਹੀਂ ਹੈਗਾ ਕਿਸੇ ਦਾ ਨਹੀਂ ਹੈਗਾ ਵੀ ਮੈਂ ਕਿਸੇ ਦਾ ਸੁਣ ਕੇ ਦੱਸਾਂਗਾ ਮੇਰਾ ਆਪਣਾ ਹੋਇਆ ਪਿਆ ਜੀ ਹਸਪਤਾਲਾਂ 'ਚ ਦਵਾਈਆਂ ਫ੍ਰੀ ਹੋ ਗਈਆਂ ਡੋਰ ਸਟੈਪ ਡਿਲੀਵਰੀ ਸ਼ੁਰੂ ਹੋ ਗਈ ਹੁਣ ਜੇ ਮੈਂ ਕੰਮ ਤੁਸੀਂ ਗਿਣਵਾਈ ਚੱਲੋਗੇ ਨਾ ਇੱਥੇ ਮਤਲਬ ਹਰ ਬੰਦੇ ਨੂੰ 8-10 ਕੰਮ ਤੇ ਪਤਾ ਨਹੀਂ ਠੀਕ ਹੈ ਜੀ ਆਪਾਂ ਸਵੇਰ ਤੱਕ ਲੱਗੇ ਰਹਾਂਗੇ ਕੰਮ ਨਹੀਂ ਖਤਮ ਹੋਣਗੇ ਐ ਮੈਂ ਕਿਉਂ आपने सुना किस तरह से आम लोगों ने जहां बीजेपी कांग्रेस के वक्त हुए विकास कार्यों के बारे में बताया वहीं दिल्ली की आप पार्टी के कार्य भी बताए क्षेत्र के विधायक जन्या सिंह ने अपने 5 वर्षों में किए कार्यों पर वोट मांगे आइए सुनते हैं उनका जी जब इलेक्शन होते ना जी ਤੇ ਉੱਥੇ ਉਮੀਦਵਾਰ ਤੋਂ ਪੁੱਛਿਆ ਜਾਂਦਾ ਜੀ ਆਪਣਾ ਪਿਛਲੀ ਵਾਰ ਜਿਹੜਾ ਵੋਟ ਲੈਂਦੇ ਟਾਈਮ ਮੈਨੀਫੈਸਟੋ ਲੈ ਕੇ ਆਏ ਸੀ ਨਾ ਘੋਸ਼ਣਾ ਪੱਤਰ ਉਹ ਲੈ ਕੇ ਆਓ ਤੇ ਰਿਪੋਰਟ ਕਾਰਡ ਨਾਲ ਲੈ ਕੇ ਆਓ ਇੱਥੇ ਭੁੱਲ ਗਏ ਸੀ ਲੋਕੀ ਇੱਥੇ ਤੇ ਲੋਕੀ ਆਪ ਹੀ ਗੁੰਮਰਾਹ ਕਰ ਦਿੰਦੇ ਸੀ ਕੋਈ ਧਰਮ ਦੇ ਨਾਂ ਤੇ ਕੋਈ ਜਾਤ ਦੇ ਨਾਂ ਤੇ ਕੋਈ ਕਿਸੇ ਨਾਂ ਤੇ ਜਦਕਿ ਸਰਕਾਰ ਦਾ ਅਸਲ ਕੰਮ ਆਪਣੇ ਲੋਕਾਂ ਨੂੰ ਸਹੂਲੀਅਤ ਦੇਣ ਦਾ ਤੇ ਅੱਜ ਮੈਂ ਇਹ ਗੱਲ ਬੜੇ ਫਕਰ ਨਾਲ ਕਹਿ ਰਿਹਾ ਕਿ ਜਦੋਂ ਮੈਂ ਤੁਹਾਡੇ ਵਿੱਚ ਆਵਾਂਗਾ ਤੇ ਆਪਣਾ ਰਿਪੋਰਟ ਕਾਰਡ ਤੇ ਮੈਨੀਫੈਸਟੋ ਦੋਵੇਂ ਚੀਜ਼ਾਂ ਨਾਲ ਲੈ ਕੇ ਆਵਾਂਗਾ ਤੇ ਰਿਪੋਰਟ ਕਾਰਡ ਵੀ 100 ਵਿੱਚੋਂ 110 ਨੰਬਰ ਵਾਲਾ ਲੈ ਕੇ ਆਵਾਂਗਾ ਤੇ ਆਮ ਆਦਮੀ ਪਾਰਟੀ ਦਿੱਲੀ ਦੀ ਪਹਿਲੀ ਇੰਡੀਆ ਦੀ ਇੱਦਾਂ ਦੀ ਪਹਿਲੀ ਪਾਰਟੀ ਹੈ ਜੋ ਕੰਮ ਦਿਖਾ ਕੇ ਆਪਣੇ ਕੰਮ ਦੇ ਦਮ ਤੇ ਵੋਟ ਮੰਗਣ ਆ ਰਹੀ ਹੈ ਤੇ ਕੰਮ ਤੁਸੀਂ ਆਪ ਹੀ ਗਿਣਵਾ ਰਹੇ ਹੋ ਕੰਮ ਕੋਈ ਹੁਣ ਛੁੱਪਣ ਵਾਲੇ ਤੇ ਹੈ ਨਹੀਂ ਡੋਰ ਸਟੈਪ ਡਿਲੀਵਰੀ ਮੈਨੂੰ ਪੂਰਾ ਭਰੋਸਾ ਸ਼ਾਹਪੁਰੇ ਤੇ ਮੈਨੂੰ ਲੱਗਦਾ ਮੈਂ ਕੈਮਰੇ ਲੱਗ ਗਏ ਵਾਈਫਾਈ ਫ੍ਰੀ ਹੋ ਗਿਆ ਬਿਲਕੁਲ ਕੈਮਰੇ ਵਾਈਫਾਈ ਹਰ ਘਰ ਨੂੰ ਸੜਕਾਂ ਭਾਜੀ ਵਧੀਆ ਬਣ ਗਈਆਂ ਹਰ ਘਰ ਨੂੰ ਮੋਟੇ ਤੌਰ ਤੇ ਕਿੰਨਾ ਜਿਮ ਲੱਗ ਗਿਆ ਸਭ ਕੇ ਲਈ ਜਿਮ ਵਾਲੇ ਮੱਲ ਮੈਂ ਜਿਮ ਹਰ ਘਰ ਕੋ ਕਮ ਸੇ ਕਮ 10,000 ਦਾ ਮਹੀਨੇ ਦਾ ਫਾਇਦਾ ਆਮ ਆਦਮੀ ਪਾਰਟੀ ਸਰਕਾਰ ਕਰਨ ਬੰਨੇ ਗਾ ਦੋ ਘਰ ਕਦੀ ਪਾਣੀ ਨਹੀਂ ਸੀ ਆਂਦਾ ਹੁਣ ਦੇਖੋ ਜੀ ਮੈਂ 10,000 ਗਿਣਾ ਦੇਣਾ ਨਹੀਂ ਜਾਂਦੀ ਇਨਵਰਟਰ ਦਾ ਖਰਚਾ 10,000 ਗਿਣਾ ਦੇਣਾ ਬਈ ₹1.5-2,000 ਰੁਪਏ ਬਿਜਲੀ ਦਾ ਬਚ ਰਿਹਾ 7-800 ਹਜ਼ਾਰ ਰੁਪਏ ਮਹੀਨੇ ਤੱਕ ਪਾਣੀ ਦਾ ਬਚਦਾ ਉਸ ਤੋਂ ਬਾਅਦ ਜਿਹੜੀ ਸਾਡੀ ਮਾਤਾ ਭੈਣਾਂ ਵਾ ਬੱਸ ਤੇ ਟਰੈਵਲ ਕਰਦੀਆਂ ਨੇ ਕਿਸੇ ਦੀ ਬੱਚੀ ਕਾਲਜ ਜਾਂਦੀ ਹੈ ਕਿਸੇ ਦੀ ਬੱਚੀ ਜੋਬ ਤੇ ਜਾਂਦੀ ਕੋਈ ਭੈਣ ਸਾਡੀ ਜੋਬ ਤੇ ਜਾਂਦੀ ਹੈ ਤੇ ਪਹਿਲਾਂ ਬਈ ਕਿਸੇ ਦੀ 10,000 ਰੁਪਏ ਸੈਲਰੀ 12,000 ਸੈਲਰੀ ਹੈ ਪਹਿਲਾਂ 2-2,500 ਰੁਪਏ ਕਿਰਾਇਆ ਲੱਗਦਾ ਸੀ ਹੁਣ ਜੀ ਉਹ 2-2,500 ਰੁਪਏ ਬਚਦਾ ਤੇ ਸੇਵਿੰਗ ਤੇ ਪੂਰੇ ਪਰਿਵਾਰ ਦੀ ਹੁੰਦੀ ਹੈ ਨਾ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਪਹਿਲਾਂ ਨਾਲੋਂ ਵਧੀਆ ਪੜ੍ਹਾਈ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਸਰਕਾਰੀ ਸਕੂਲਾਂ 'ਚ ਮਿਲ ਰਹੀ ਹੈ ਤੇ ਜਿਨ੍ਹਾਂ ਦੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਨੇ 5 ਸਾਲ ਤੋਂ ਪ੍ਰਾਈਵੇਟ ਸਕੂਲ ਦੀ ਫੀਸ ਨਹੀਂ ਵਧਣ ਦਿੱਤੀ